ਲੋਵੀ ਆਪਾਂ ਖੜਿਆ ਜੀਰੇ ਜੀਰੇ ਦਾ ਸੋਨ ਨੂੰ ਮਾਹੌਲ ਦਿਖਾਉਨੇ ਆ ਉੱਥੇ ਫੈਕਟਰੀ ਮੂਰੇ ਵੀ ਕਿਵੇਂ ਸਿੰਘੂ ਬਾਰਡਰ ਵਾਂਗੂ ਰੌਣਕਾਂ ਲੱਗੀਆਂ ਕਿੰਨਾ ਇਕੱਠ ਹੋ ਗਿਆ ਕਿੰਨੇ ਲੋਕ ਪਹੁੰਚ ਗਏ ਆ ਚੱਕੋ ਪਹਿਲਾਂ ਦਿਖਾਉਨੇ ਬੈਰੀਕੇਟ ਜੇ ਪੱਟ ਕੇ ਪਰੇ ਮਾਰੇ ਬੈਰੀਕੇਟ ਐ ਪੱਟਤੇ ਪੁਲਿਸ ਵਾਲਿਆਂ ਦੇ ਜਿਵੇਂ ਸਟਰ ਤੇ ਗਾੜੇ ਡੇਗਦੇ ਹੁੰਦੇ ਆ ਲੋਕ ਅੱਕੇ ਖੜਿਆ ਤੇ ਆ ਦੇਖੋ ਪੈਣ ਦਾ ਪ੍ਰਬੰਧ ਵੀ ਪੂਰਾ ਹੋ ਗਿਆ ਇੱਥੇ ਤੇ ਲੋਕਾਂ ਨੇ ਅੱਕੇ ਹੋਇਆ ਨੇ ਇੰਨੇ ਇੰਨੇ ਮਹੀਨੇ ਹੋ ਗਏ ਧਰਨੇ ਲੱਗੇ ਨੂੰ ਮਾਣ ਸਰਕਾਰ ਦੀ ਜੜ ਪਟਣ ਦੀ ਤਿਆਰੀ ਕਰ ਲਈ ਲੋਕਾਂ ਨੇ ਇਹ ਜਿਹੜਾ ਮਾਣ ਸਰਕਾਰ ਪੂਰੀ ਚੜਤਨਾ ਆਈ ਸੀ ਪੂਰੀ ਬੈਂਡ ਵਾਜਨ ਆਈ ਸੀ ਇਹ ਬਹੁਤ ਪੜੀ ਜਾਣੀ ਐ ਆ ਦੇਖੋ ਲੰਗਰ ਲੱਗੇ ਆ ਭਾਂਡੇ ਮਾਂਜੀ ਜਾਂਦੀਆਂ ਸਾਡੀਆਂ ਮਾਈਆਂ ਪੂਰਾ ਵਧੀਆ ਮਾਹੌਲ ਬਣ ਗਿਆ ਕੋਈ ਰੋਟੀ ਟੁੱਕ ਦੀ ਘਾਟ ਨਹੀਂ ਕਾਸੇ ਦੀ ਨਹੀਂ ਪ੍ਰਮਾਤਮਾ ਨੇ ਮਿਹਰ ਕਰਤੀ ਸਾਰਾ ਪੰਜਾਬ ਪਰਿਵਾਰ ਮੰਗੂ ਉੱਥੇ ਫਿਰਦਾਗਾ ਬੱਸ ਐਂ ਲੱਗਦਾ ਸੀ ਅੱਜ ਦਾ ਜਦੋਂ ਉੱਥੇ ਦੇਖਿਆ ਸਿਸਟਮ ਵੀ ਦਿੱਲੀ ਫਿਰਦੇ ਆ ਪੂਰਾ ਮਾਹੌਲ ਤਰੋਤਾਜ਼ਾ ਤੇ ਲੋਕ ਖੁਸ਼ ਵੀ ਬਹੁਤ ਆ ਐਕਸਾਈਟਡ ਵਾਉਤਾ ਵੀ ਯਾਰ ਸਰਕਾਰ ਧੱਕਾ ਕਰਦੀ ਸੀ ਇਹਨਾਂ ਨੂੰ ਦਿਖਾਈਏ ਛੁੱਟੀ ਲਾਹ ਪੈਣ ਪੂਣ ਦਾ ਪ੍ਰਬੰਧ ਪੂਰਾ ਸਿਸਟਮ ਬਣ ਗਿਆ ਪੱਤਰਕਾਰ ਕੱਲ ਵਿਚਾਰੇ ਖੇਤਾਂ ਵਿੱਚ ਜਿđi ਆਉਂਦੇ ਸੀ ਅੱਜ ਫਿਰ ਬੈਰੀਗੇਡ ਜਿੱਦੂ ਭੰਨ ਤੇ ਸਿੱਧੇ ਪਹੁੰਚੇ ਬਹੁਤ ਵੱਡੇ ਪੱਦਰ ਤੇ ਮਾਹੌਲ ਬਣ ਚੁੱਕਿਆ ਕਿਉਂਕਿ ਲੋਕਾਂ ਦੇ ਮੂਰੇ ਕੁਝ ਵੀ ਨਹੀਂ ਖੜਦਾ ਹੁੰਦਾ ਇਹ ਭਗਵੰਤ ਮਾਨ ਸਾਹਿਬ ਆਪ ਕਹਿੰਦੇ ਰਹੇ ਆ ਵੀ ਦਰਿਆਵਾਂ ਨੂੰ ਭਾਈ ਨੱਕੇ ਨਹੀਂ ਲੱਗਦੇ ਤੇ ਲੋਕ ਚਾਹਣ ਬੰਦਾ ਅਰਸ਼ ਤੇ ਨਹੀਂ ਫਰਸ ਤੇ ਇਹ ਭਗਵੰਤ ਮਾਨ ਸਾਹਿਬ ਦੀ ਆਪਦੀ ਬੁੱਲੀ ਸੀ ਪਰ ਹਟੀ ਨਹੀਂ ਸਰਕਾਰ ਜਦੋਂ ਪੰਗੇ ਲੈਣੋਂ ਆ ਖੜਿਆ ਤੇ ਅਗਲੇ ਨੇ ਬੈਰੀਗੇਟ ਐ ਮੂਲੀਆਂ ਵਾਂਗੂ ਮਾਰੇ ਪਟਪਟ ਫੇਰ ਕਿਉਂਕਿ ਲੋਕ ਅੱਕ ਗਏ ਲੰਬੇ ਚਰਬਾਦ ਇਹਨਾਂ ਲੋਕਾਂ ਨੂੰ ਲੱਗਿਆ ਵੀ 70 ਸਾਲਾਂ ਬਾਅਦ ਕੋਈ ਬਦਲਾ ਆਇਆ ਪਰ ਜਿਹੜੇ ਸਰਕਾਰ ਨੇ ਵਾਅਦੇ ਕਰੇ ਸੀ ਉਹਦੇ ਤੇ ਪੂਰੀ ਨਹੀਂ ਉਤਰੀ ਸਰਕਾਰ ਲੋਕ ਡਿਪਰੈਸ਼ਨ ਚ ਜਾ ਚੁੱਕੇ ਨੇ ਤੇ ਆਹ ਦੇਖੋ ਬਰਗਾੜੀ ਵਾਲਾ ਪੀਤਾ ਲੱਥ ਵੀ ਸੀਗਾ ਤੇ ਇਹ ਵੀ ਪੂਰਾ ਉੱਥੇ ਮੂਰਤੀ ਚ ਅੱਜ ਡਟਿਆ ਖੜਾ ਸੀਗਾ ਗੱਲ ਇਹ ਆ ਬਈ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਜੇ ਇਕੱਠੇ ਹੋ ਜਾਾਂਗੇ ਆਪਾਂ ਪੂਰਾ ਫੁੱਲ ਕੱਟ ਸੀ ਪੂਰਾ ਮਾਹੌਲ ਸੀ ਤੇ ਉੱਥੇ ਪੂਰੇ ਪ੍ਰਬੰਧ ਹੋ ਗਏ ਹਨ ਪੈਣ ਖਾੜਨ ਦੇ ਤੇ ਉੱਥੇ ਸਭ ਨੂੰ ਹਾਜ਼ਰੀ ਲਮਾਉਣੀ ਚਾਹੀਦੀ ਆ ਤੇ ਮੈਂ ਤਾਂ ਇਹ ਕਹਿੰਨਾ ਵੀ ਸਾਡੇ ਇੱਥੇ ਬਾਬਿਆਂ ਦੀ ਯਾਦ ਚ ਫਤਿਹਗੜ੍ਹ ਸਾਹਿਬ ਆਪਾਂ ਜਾਈਏ ਤੇ ਉੱਥੋਂ ਮੱਥਾ ਟੇਕ ਕੇ ਜਿਵੇਂ ਪਿਛਲੀ ਵਾਰ ਆਪਾਂ ਦਿੱਲੀ ਨੂੰ ਤੁਰੇ ਸੀਗੇ ਉੱਥੇ ਉਦੋਲਣ ਵੇਲੇ ਓਵੇਂ ਮੱਥਾ ਟੇਕ ਕੇ ਇਧਰ ਨੂੰ ਚਾਲੇ ਪਾ ਲਈਏ ਕਿਉਂਕਿ ਹੁਣ ਤਾਂ ਆਪਣੇ ਕੋਲੇ ਟਰਾਲੀਆਂ ਤਿਆਰ ਆ ਸਮਝ ਲਓ ਦਿੱਲੀ ਵਾਲਿਆਂ ਸਾਰਾ ਪ੍ਰਬੰਧ ਆ ਤੇ ਮਦਗਨਾ ਸਵਾਦ ਦੀਆਂ پارکੇ ਟਰਾਲੀਆਂ ਰੇਤੀ ਦੀਆਂ ਤੁਰਪੀਏ ਤੇ ਭਾਂਡੇ ਮਾਜਾਂਗੇ ਇਕੱਠਾ ਪੰਜਾਬ ਉੱਥੇ ਪਰਿਵਾਰ ਮੰਗੂ ਰਹੇ ਤੇ ਵਧੀਆ ਉੱਥੇ ਪੂਰੇ ਟੈਂਟ ਟੁੰਟ ਲੱਗਿਆ ਪੂਰੀ ਵਧੀਆ ਸਟੇਜ ਬਣਾਈਆ ਪੂਰਾ ਸਿਸਟਮ ਤਕੜਾ ਪੂਰਾ ਵਧੀਆ ਇਕੱਠ ਵੱਡਾ ਪੂਰਾ ਇਕੱਠ ਸੀਗਾ ਯਾਰ ਮੰਨ ਲਓ ਵੀ ਐਂ ਜਿਆਦਾ ਦਿੱਲੀ ਦੀਆਂ ਹਨਾ ਤੇ ਆਹਾ ਸੋਨੂੰ ਮੈਂ ਜਿਹੜੇ ਪਾਸੇ ਕਣਕ ਕਣਕ ਚਪਲੀਆਂ ਸਾਡੇ ਬਾਬੇ ਵਸਾਈ ਬੈਠੇ ਉਹ ਵੀ ਦਿਖਾ ਦਿੰਨਾਗਾ ਤੇ ਸਟੇਜ ਕੰਨੀ ਵੀ ਸੋਨੂੰ ਲੈ ਕੇ ਜਾਵਾਂਗੇ ਆ ਤੁਸੀਂ ਦੇਖੋ ਵੀ ਸਿਰਾ ਹੋ ਗਿਆ ਸਿਰਾ ਜਮਾ ਜਿਹਨੂੰ ਕਹਿੰਦੇ ਆ ਸਿਰਾ